लख लाना तई शर्म कर कुछ मैं तेरे प्यो जा मैं तेन आके दस लेना चिड़दा क्यों मैं तू हूं नहीं करा आंडे बदतमीजी कर दें जी मेरे नाल की मैं बदतमीजी कर दें दस की होया मैं आख्या गरम आंडे नवा तूत खड़ा कर लिया तू दस तू के लेना अंडा देसी लेना फार्मी लेना देसी कोई नी चल निकल चल फार्मी दे लेना ही आंडा होंदा देसी जरूर पूछना होंदा है मैं एफिशिएंसी आज जगावनी होंदी तुसी लोका लो जी ओए उबले ओए अंडे नु खड़का के कौन वेंदा है तेरा दिमाग किथे गिटिया च नहीं है क्या लगा आवाज ला लम्मी आवाज छेक के लाई कीती कर अंडे गरम अंडे ओ लम्मी आवाज अंडे गरम अंडे छाप लो यार दिहाड़ी पै जांदी है जे लग गई ते रोजी जे ना लगी ते रोजा मैनू तू दस भाई शामी आंडे वेचते किन्ने पैसे पूरे कर लेंदे ओ भाई जान साडा घर दा सरकट चलिया खला अल्लाह दा शुक्र है शुक्र अल्हम्दुलिल्लाह अच्छा गल ए है एक तुसी काम करना है तुवाडे आंडे विकेन या ना विकेन लेकिन तुआनू जेड़े आंडे पैसे पूरे लब्बे करसन अच्छा लेकिन साडे आखे लगे रहना ठीक है हुकम करो तुसी काम दसो अच्छा नाल एक बुवा उठ जा अक्सर होका मारी रखना है गरम आंडे छिक्की रखना काम नु अच्छा तो पैसे मैं तुले रखन तो ओंदा सानू की फायदा हो सीमेंट दस आंडे विकन या ना विकन जेड़ा तुम्हारे दिहाड़ी दे पैसे ओ तू तो साथ तुआन के ला ले भाई कर दो आंडे पहले सानू दे दे ये जनाब दे दो आंडे दे बाकी जेड़ा ना ए साडी दिहाड़ी हजार हजार रुपया ही दे कोई गल नहीं पैसा दी परेशानी नहीं लेनी लो जनाब आ वे
ਟੈਨਸ਼ਨ ਲੈਣੀ ਨਹੀਂ। ਓਏ ਬੋਲਿਆ ਲੋਕਾਂ 2000 ਰੁਪਇਆ ਡਾਇਰੈਕਟ ਸਾਨੂੰ ਦੇ ਦਿੱਤਾ ਈ, ਹੁਣ ਤਾਂ ਸਾਨੂੰ ਅੰਡੇ ਵੇਚਣ ਦੀ ਲੋੜ ਹੀ ਕੋਈ ਨਹੀਂ। ਵੇਖ ਲੋ ਸਾਜ ਜੀ, ਇਹੋ ਜੀ ਦੁਨੀਆ ਤੇ ਇਹੋ ਜਿਹਾ ਨੇਕ ਬੰਦਾ ਵੀ ਹੈ। ਲੇਕਿਨ ਇਹ ਮੈਨੂੰ ਦੱਸੋ ਵੀ ਕਰਨਾ ਕੀ ਹੈ? ਉਹ ਤੈਨੂੰ ਬੌਕੀ ਤੇ ਜਾਣੇ ਆ ਬਈਸੇ ਅਬੂ ਤੇ ਆਵਾਜ਼ ਲਾਵਣੀ ਕਰਾ ਮਾਂਡੇ ਠੋਕੀ ਰੱਖਣੇ ਨੇ। ਹਾਂ ਹੋਰ ਤੇ ਤੋ ਕਿਦਾ ਹੀ ਨਹੀਂ ਜਾਣਾ, ਇੱਥੇ ਸਿਰਫ ਫਿਰਦਿਆ ਰਹਿਣਾ। ਚਲੋ ਠੀਕ ਹੈ, ਅਸੀਂ ਇੱਥੇ ਆਵਾਜ਼ਾਂ ਲਾਈ ਰੱਖ ਸਾਂ, ਅੰਡਰ ਨੂੰ ਸਾਡੇ ਵੇਖਣ, ਹੁਣ ਅਸੀਂ ਖਾਲੀ ਆਵਾਜ਼ਾਂ ਹੀ ਦੇਣੀਆਂ। ਚਲ ਜਾ ਵਗਾ ਮਿੰਟ ਮਾਰ, ਚਲ ਆਵਾਜ਼ਾਂ ਦੇ ਹੀਏ। ਅੰਡੇ ਗਰਮ, ਅੰਡੇ ਗਰਮ, ਅੰਡੇ। ਮੈਨੂੰ ਲੱਗਦਾ ਹੈ ਬੂਆ ਦੱਸਿਆ ਇਹਨੇ ਇੱਥੇ ਆਂਡਿਆਂ ਦੀ ਆਵਾਜ਼ ਲਾਉਣੀ ਹੈ। ਹਾਂਜੀ, ਆਪਾਂ ਇੱਥੇ ਲਾ ਦਿੰਦੇ ਹਾਂ। ਆਂਡੇ ਗਰਮ, ਆਂਡੇ, ਆਂਡੇ ਗਰਮ, ਆਂਡੇ। ਚੌਕੀਆ ਬੇਲੀ ਕੰਮ ਠੋਕੀ ਤੁਰੀ ਖਲੇ ਨਹੀਂ, ਤਾਂ ਨਾਲ ਲਾਟ ਕੱਢੀ ਖਲੇ। ਉਹ ਜਰਾ ਸੁਰ ਨਾਲ ਲਾਈ ਕੀਤੀ ਕਰ ਆਵਾਜ਼, ਆਂਡੇ। ਕੰਨਾਂ ਤੱਕ ਪਹੁੰਚ ਜਾਵੇ। ਉਹ ਤਾਂ ਤੁਹਾਡੀ ਗੱਲ ਸੱਚੀ ਹੈ, 50 ਰੁਪਈਏ ਮੈਨੂੰ ਅੰਡੇ ਦੇ। ਅੰਡੇ ਦੇ ਅੰਮਾ, ਉਹਨਾਂ ਨੂੰ 50 ਰੁਪਈਆ ਦਿੱਤਾ। ਅੰਮਾ ਇਹ 60 ਰੁਪਈਏ ਦੇ ਦੋ ਅੰਡੇ, ਅੰਡੇ ਆਉਂਦੇ ਨੇ। ਚਲੋ ਕੋਈ ਨੀ, ਮੁਰਦਾ ਰੁਪਈਏ ਲਾ ਲਵੇ, ਤੁਸੀਂ ਆਉਂਦੇ ਜਾਂਦੇ ਰਹਿਣਾ। ਲਓ ਮਾਂ ਜੀ, ਇਹ ਗਰਮ ਹੀ ਹੈ, ਗਰਮ ਉਬਲੇ ਹੋਏ ਅੰਡੇ, ਤਾਜ਼ੇ ਤਾਜ਼ੇ। ਹਾਂ ਜਾ ਜਾ ਹੁਣ, ਤਾਜ਼ੇ ਤਾਜ਼ੇ। ਹਟੇ ਕਿਉਂ ਆਉਂਦੇ ਨੇ? ਉਹ ਰਾ ਸਾਦੀ ਨਾਨੂ, ਉਹ ਰਾ ਵੀ ਨਹੀਂ ਦੇ। ਹਾਂਜੀ, ਹਟੇ ਕਿਉਂ ਆਉਂਦੇ ਨੇ? ਉਹਨਾਂ ਨੇ ਦੋ ਅੰਡੇ ਲੈ ਲੈਣ ਤੇ ਤਾਂ ਵਾਸਤੇ ਸੀ ਜਾਂਦੇ ਪਏ। ਮੈਂ ਤੈਨੂੰ ਪੈਸੇ ਕਿਉਂ ਦਿੱਤੇ ਨੇ? ਕਿਉਂ ਦਿੱਤੇ ਨੇ? ਮੈਂ ਤੁਹਾਨੂੰ ਤਾਂ ਪੈਸੇ ਦਿੱਤੇ ਨੇ, ਸਾਰੀ ਦੀਵਾਰ ਹੀ ਥਾਂ ਖੜਨਾ, ਗਰਾ ਮਾਂਡੇ ਠੋਕੀ ਰੱਖਣਾ, ਗਰਾ ਮਾਂਡੇ, ਗਰਾ ਮਾਂਡੇ ਕੀ ਚੀਜ਼ ਖੁਦ ਮੁੜ ਵੀ ਹਟੇ ਹੁੰਦੇ ਨੇ। ਹਾਂ, ਅੰਡੇ ਮੁੱਕ ਵੀ ਜਾਣ ਤਾਂ ਵੀ ਤੁਸੀਂ ਆਵਾਜ਼ ਲਾਈ ਰੱਖ। ਅੱਛਾ, ਹਾਂ, ਯਾਨੀ ਕਿ ਆਪਾਂ ਨੂੰ ਇਸ 1000-1000 ਰੁਪਇਆ ਦਿਹਾੜੀ ਤੇ ਸਿਰਫ ਆਵਾਜ਼ਾਂ ਲਾਉਣ ਵਾਸਤੇ ਰੱਖਿਆ। ਬੂਆ ਵੀ ਇੱਕੋ ਮੱਲੀ ਰੱਖਣਾ, ਹੋਰ ਬੂਆ ਕੋਈ ਨਹੀਂ ਮਲਣਾ, ਨਹੀਂ ਮਲਣਾ ਇੱਕੇ ਬੂਏ। ਲੇਕਿਨ ਆਪਾਂ ਇੱਥੇ ਥੋੜਾ ਜਿਹਾ ਬੂਆ ਤੋਂ ਦੂਰ ਹੋ ਕੇ ਆਵਾਜ਼ਾਂ ਦਿੱਤੀ ਰੱਖ ਸਾਂ। ਜਾਓ ਬਗਾ, ਚਲੋ ਆ ਜਾਓ, ਆਗਾ ਕੰਮ ਛੇਕ ਤੇ ਰੱਖੋ, ਡਿਊਟੀ ਪੂਰੀ ਕਰੋ। ਆਪ 2050 ਨਹੀਂ ਹੁਣੇ ਜਾਊਗਾ ਨੀ ਹਨੇ ਜੱਟੀ, ਅਜੇ ਤਾਂ ਠੰਡ ਹੀ ਬੜੀ ਲੱਗਦੀ ਪਈ ਹੈ। ਹਾਂ ਅੰਮਾ, ਕਿੰਨੇ ਅੰਡੇ ਲਿਆਂਦੇ ਨੇ? ਕਿੰਨੇ ਲੈ ਕੇ ਆਵਾਂ ਮਾਸੂ? ਤਿੰਨ ਤੇ ਜਿਹੜੇ ਮੈਨੂੰ ਆਖੇ ਨੇ ਮੂਹਾਂ ਲੈ ਕੇ ਆਵਾਂ, ਹੋਰ ਕਿੰਨੇ ਕਲਾਇਆ ਮਾਸੂ? ਅੱਛਾ, ਇਹ ਕੀ ਲਿਆਂਦਾ? ਅਗਰ ਅੰਡੇ ਲੈ ਕੇ ਆਈਆਂ। ਓਏ ਹੋਏ, ਇਹਨਾਂ ਨੂੰ ਚੱਲ ਵਾਪਸ ਕਰ ਕੇ ਆ, ਉਹਨਾਂ ਨੂੰ ਕਵੀ ਇੱਥੇ ਦੁਬਾਰਾ ਨਾ ਆਵਣ। ਚੱਲ ਕਿਉਂ ਤੈਨੂੰ ਕੀ ਤਕਲੀਫ ਹੋਈ ਖੜੋਤੀ? ਮੈਂ ਅੰਡੇ ਮੋੜ ਕੇ ਆਵਾਂ, ਉਹ ਆਪਦੀ ਰੋਜ਼ ਛੋਟਾ ਕਮਾਈਂਦੇ ਵਧੇ ਆਗਣ। ਚੱਲ ਮੋੜ ਕੇ ਆ, ਉਹ ਮੋੜੇ ਅੰਡੇ ਤੇ ਚੰਗੀ ਰਾਜਾ ਸੀ। ਅੱਬਾ ਹੋਇਆ ਕੀ, ਕੋਈ ਸਾਨੂੰ ਵੀ ਪਤਾ ਲੱਗੇ? ਹਾਂ ਬਸ ਇਹੀ ਆਖਦੀ ਪਈ ਹੈ ਸੁਗਰੀ। ਜਦੋਂ ਮੈਂ ਆਖੀ ਜਾਣਾ ਅੰਡੇ ਤੇ ਕੀ, ਅੰਡਿਆਂ ਦਾ ਨਾਂ ਵੀ ਨਹੀਂ ਲੈਣਾ ਇਸ ਘਰ ਦੇ ਵਿੱਚ। ਅੱਬਾ ਉਹ ਅੰਡਾ ਹੈਗਾ, ਕੋਈ ਬੰਬ ਤਾਂ ਨਹੀਂ? ਮੋੜਾ ਅੰਡੇ ਦਾ ਨਾਂ ਲੈ ਲਈਏ, ਚੱਲ ਵਾਪਸ ਕਰ ਗਿਆ। ਵਾਪਸ ਕਰ ਹੋਇਆ ਕੀ ਅੱਬਾ, ਸਾਨੂੰ ਤੇ ਦੱਸ, ਚਾਹ ਤੋਂ ਅੰਡਿਆਂ ਤੋਂ ਇੰਨਾ ਕਿਉਂ? ਮੈਂ ਚੁੱਪ ਕਰ ਜਾ। ਅੱਬਾ ਇੱਕ ਅੰਡਾ ਤੂੰ ਵੀ ਖਾ ਲਵੀ। ਮੈਂ ਕਹਿੰਦਾ ਪਿਆ ਚੁੱਪ ਕਰ ਜਾ। ਜੱਟੀ ਚੁੱਪ ਕਰ ਜਾ ਅੱਬਾ, ਇੰਨਾ ਪਤਾ ਨਹੀਂ ਕਿਉਂ ਗਰਮ ਹੋਇਆ ਖਲੋਤਾ ਹੈ। ਚੱਲ ਵੀ ਲਾ ਆਵਾਜ਼, ਆਂਡੇ ਗਰਮ, ਆਂਡੇ। ਜਰਾ ਸੋਹਣਾ ਚਲਾਈ ਕੀਤੀ ਕਰ, ਆਂਡੇ ਗਰਮ, ਆਂਡੇ। ਇਹਨਾਂ ਦਾ ਕੱਕਾ ਦੇ ਅੰਡੇ ਨੇ ਵਾਪਸ ਕਰੋ। ਕਿਉਂ ਅੰਮਾ ਜੀ? ਮੇਰੇ ਸਾਈ ਅੰਡੇ ਨਹੀਂ ਲਾਉਣ ਦਿੰਦਾ। ਚਲੋ ਅੰਡੇ ਰੱਖ ਲਓ, ਆਪਾਂ ਪੈਸੇ ਵਾਪਸ ਲਾ ਦੇਣੇ। ਇਹ ਕਿਹੜੀ ਗੱਲ ਹੈ? ਤੁਹਾਡੀ ਮਰਜ਼ੀ ਦੀ ਗੱਲ ਹੈ, ਨਾ ਲਵੋ ਉਹ ਲਿਓ। ਤੇ ਸਾਡੇ ਬੂਏ ਕੋ ਵਗ ਜਾਓ, ਇੱਥੇ ਨਾ ਬੋਕੋ। ਅਸੀਂ ਤਾਂ ਅੰਮਾ ਜੀ ਹੁਣ ਵੇਚਣੇ ਹੀ ਆਂ ਅੰਡੇ, ਕਿਤੇ ਨਾ ਕਿਤੇ। ਚੱਲ ਤਾਂ ਫੋ ਜਾਓ ਤੇ ਕਿਤੇ ਜਾ ਕੇ ਵੇਚ ਲਓ, ਹੁਣ ਨਹੀਂ ਤਾਂ ਸਾਡੇ ਬੂਏ ਕੋ ਅੰਡੇ ਦਾ ਨਾਂ ਲਵਿਆ। ਮੇਰਾ ਸਾਈ ਕਬੜੀਲ ਜਿਆ ਨੇ ਉਹ ਨਾ ਕੋਈ ਇੱਥੇ ਹੋਰ ਦਾ ਹੋਰ ਹੋ ਜਾਵੇ। ਹਟਾ ਲਈ? ਹਾਂ ਹਟਾ ਆਈ ਆ। ਔਰ ਪੈਸੇ ਦੇ? ਆਈ ਲੈ ਪੈਸੇ ਨਹੀਂ। ਚੱਲ ਮੈਨੂੰ ਚਾਹ ਬਣਾ ਕੇ ਦੇ। ਚੱਲ ਮੈਨੂੰ ਚਾਹ ਬਣਾ ਕੇ ਦੇ। ਆਈ ਨਹੀਂ ਬੈਠੀ, ਇਹਨਾਂ ਨੂੰ ਚਾਹ ਬਣਾ ਦੇ। ਆ ਤੈਨੂੰ ਵੀ ਹੋਣਾ, ਤੂੰ ਬਣਾ ਕੇ ਦੇ, ਤੂੰ ਬਣਾ ਕੇ ਦੇ। ਅੱਲਾ ਜਾਣ ਜੱਟੀ ਅੱਬੇ ਨੂੰ ਹੋ ਕੀ ਗਿਆ, ਅੱਬਾ ਪਹਿਲੇ ਤਿਵੇਂ ਤਾਂ ਨਹੀਂ ਆਇਆ। ਮੈਨੂੰ ਤਾਂ ਲੱਗਦਾ ਕੋਈ ਅੱਬੇ ਨੂੰ ਜਿੰਨ ਚੰਬੜ ਗਏ ਆ। ਸਹੀ ਗੱਲ ਆ। ਉਹ ਕਿਉਂ ਮੁੱਜੂ ਮੁੜ ਵੀ ਹਟੇ ਹੁੰਦੇ ਨੇ? ਉਹ ਆਂਦੇ ਨੇ ਸਾਡੇ ਬੂਏ ਤੇ ਖੜੋ ਕੇ ਆਵਾਜ਼ ਨਾ ਦਿਓ ਆਂਡੇ ਵਾਲੀ। ਯਾ ਕੋਈ ਨਾ ਹਾਲ, ਤੇਰਾ ਪੰਨਾ ਚੌਂ ਜਾ ਵੀ ਆਂਦੇ ਘਰੇ ਵੜ ਜਾਓ ਖਏ ਆਏ ਫੱਦ ਪੈਸੇ।
पिछले साल की गल है, दस दस रुपए का अंडा आंदा, हुण तां महीने गुजर गए दस। मंजी पई आप उथे बहाने जरूरी खलोवना जो तो अगले घर आ गए तो हूं मुड़ शर्मावना के उठे बह जाने चल ला जाने आंडिया दे नाल इनू क्या वे रे पता नहीं अब्बा तू भी नहीं सानू पुछ के दस दे सानू ठंड च एवें मारी जांदा है अब्बा साडा दिल करदा पिया अंडा खान दे ते सानू अंडा नहीं खान देंदा अगे मैं ला के आई हां तो सटवाए नहीं है ते 20 रुपए मेरी चुन्नी नाल बजे होए ने साडे को 40 रुपए होर होंदे ते असि दोवें पैणा खा लेंदियां सही गल है अम्मा अल्लाह जाने अब्बन हो की गया है तू भी नहीं दसनी हैगी तू भी आखनी मेनू नहीं पता हैगा चाचा असि तेरे कोई अंडे खोत नहीं लाने लेना चले जा तू तेरा तो लगता जिम्मे आंडे कूलर चाह तो निकली मेरिया दरअसल गरारियां फेल हो मेरे को छत्ती उठा नहीं जाता ठीक है जी उठी जाने सिर्फ गल की मस्कीन गरीब आंडे वेचन आखिरी गल कर की ना करा जरा बार बार भुक जाना गरम आंडे गरम आंडे तेन आंडिया गल मेन दस मेनू क्यों नहीं दसदा पिया है सही गल अबा अम्मा आखदी पी है सानू तो दस विच गल की आंडिया के ना इन्हें क्यों चिड़दा पेगा ठंड नाल असि कंबी जानी है अबा एक आंडिया का तो सवाल ही गए सवाल तुहाडा पूरा नहीं हो सकता ते गरम आंडे मेरी छेड़े मेनू आख दे काम शुरू कर दो अच्छा चाचा जी दरअसल मैं ये आखना चाहना कि असि तो कारोबार करने हैं गरम आंडे आवाज लावनी साड़ी मजबूरी है हाँ। नहीं असि छेड़दे पे गरम आंडे ते आवाज मेरे बर्दाश्त तो बाहर हो जाती है ओ ना मैं तुम फेर मार देवा अमरूद तो नहीं आख सकते असि तो आखने आंडे गरम आंडे आवाज नहीं लावांगे गरम आंडे चलो ठंडे आंडे अब्बा जी असि कदी आंडिया का नाम ही नहीं लव
मैनू लगता आंडिया आलिया दी ना अंदर लतरेशन होंदी पई होसी। आंडिया दी लतरेशन नहीं होंदी पई होवणी, जेड़े कुकिंग च मुने लड़दे पए होवणे ना झड़दे गल कुत्ती टकरा मारदा बदोसी गरा मांडे आओ निकले अंडे नी भाई ओ सानू केड़े पहाड़ ते चढ़ा दिता है 3000 रुपया दे के उन्हां दा मार मार के साडी कुंजी ला दित्ती है। सुकरी सुकियां लकड़ां दे फायदा हुंदा आप ही बलन लग गई। सही गल है तेरी। दो चार होर डाओ आचा आपा एक ही पड़ी है लकड़ा मुक जान गी हाले तो बहुत ज्यादा सर्दी है। हां इनू पाला चोखा लगदा पिया नहीं अपना गल ये है कि तुम्हारी लड़ाई दे विच ना साडे आंडे ठड्डे हो गए ओ गरम करके दियो सा ऐ मैं कह रहा था कि तिन को असर आंदा है। ओ चल तू आने बेगा तू ओ चल तू कारोबार बुटिया होना है बेचारा जईफ आदमी किसी बुजुर्ग का मजाक उड़ाना पता किन्ना गुना है।
छोटा जासू ते आंडे वेच दासू। अच्छा। ते सारे आंडे बच गए, कोई ना विका, वापस आके मैं खा ले, मैनू पेचस लग गए, उस तो बाद सारे मैनू ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।